ट्रालियां च आउंदे जट चढ़े बल्लिया, किथे कंगणा ते किथे कड़े बल्लिया। ਸ਼ਾਰਾ ਡੰਡਾ ਡੁੱਕ ਦੇਣਗੇ ਨੀ, ਅਜੇ ਪੁੱਤ ਪੁੱਤ ਆ ਕੇ ਬਿਠਾਏ ਹੋਏ ਨੇ। ਸਭ ਰਾਜਾ ਪਿੱਛੇ ਬੈਰੀਗੇਟ ਪਾਏ ਹੋਏ ਨੇ, ਜੱਟ ਨੀ ਪੰਜਾਬੋ ਇਹ ਆਏ ਹੋਏ ਨੇ। ਉਹ ਵਿਕ ਗਿਆ ਭਾਵੇਂ ਇੰਡੀਆ ਦਾ ਮੀਡੀਆ, ਬੀਬੀਸੀ ਦੇ ਉੱਤੇ ਝੋਟੇ ਛਾਏ ਹੋਏ ਨੇ। ਬੱਡਾ ਬਾਈ ਹੈ ਪੰਜਾਬ, ਬਤਾ ਦਿਓ ਖੇਤਰ ਨੇ ਫਾਜ਼ਿਲ ਪੂਰੇ ਆ ਕੇ ਰਾਮ ਰਾਮ। नाके लगाओगे नाके हटा देंगे, तो बलियाओ चाहे हम नहीं मानेंगे। हक है किसान का, खैरात नहीं ले लेंगे, हक तो मजाक नहीं। बटेवा न थार गे राखी से दिल्ली, कर दो हिसाब बाकी बात नहीं। शर्तियां जिन्ना दा इलाज हुंदा है नहीं, कुछ ऐसे नुक्से भी है जमाए हुए ने। सब राजा पीछे बैरिकेड पाए हुए ने, जट नी पंजाब होए आए हुए ने। देखी चल देखी उड दिया पत्तियां, इंकलाब दी हजी आ शुरुआत गोरिये। और तंगी आउंदे जट बिलो जेड़े भी खंगण, 2% वालिया ने लाते लंगर। और रौन की सभा दे पावे टाइम माड़ा या, ਤਾਂ ਕੀਤਾ ਦੇਖ ਬੀਬਾ ਜੰਗਲ ਚ ਮੰਗਲ। ਸਾਡੀ ਉਮਰ ਜਿੰਨਾ ਵੀ ਮਰਜ਼ੀ ਲਾ ਲਿਓ, ਪਹਿਲਾਂ ਪ੍ਰਜਾਤਾ ਛਕੋ ਯਾਰ। ਉਹ ਹਜੇ ਡਾਂਗ ਦੇ ਜਵਾਬ ਚ ਲੰਗਰ ਦਿੰਨੇ, ਅਜੇ ਕਿਤੇ ਡਾਂਗ ਉੱਤੇ ਆ ਕੇ ਸੁੱਕੇ ਮਾਮੇ ਨਹੀਂ ਜਾਣੇ। ਜਿੰਨਾਂ ਨੂੰ ਤੂੰ ਅੱਤਵਾਦੀ ਕਹਿੰਦੇ ਦਿੱਲੀਏ, ਜੇ ਅੱਤਵਾਦੀ ਹੋ ਗਏ ਤੈਥੋਂ ਸਾਂਭੇ ਨਹੀਂ ਜਾਣੇ। ਜਿੰਨਾਂ ਨੂੰ ਤੂੰ ਅੱਤਵਾਦੀ ਕਹਿੰਦੇ ਤੂੰ ਕਾ ਤੋਂ ਰਾਜਤਿਲਕ ਦੀ ਬੇਟੀ। ਅੱਜ ਮੈਨੂੰ ਬਹੁਤ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਵੀ ਇਸ ਕਿਸਾਨ ਅੰਦੋਲਨ ਚ ਸ਼ਾਮਲ ਹੋਈ ਹਾਂ। ਅੱਜ ਅਸੀਂ ਆਜ਼ ਮੋਦੀ ਸਰਕਾਰ ਤੇ ਮੁਰਦਾਬਾਦ ਕਹਿਣ ਵਾਸਤੇ ਆਏ ਹਾਂ। ਵੇਖੋ ਜੀ, ਸਾਡੇ ਜਿਹੜੇ ਬਜ਼ੁਰਗ ਹੈਗੇ ਸੀ ਉਹ ਹੱਲ ਲਗਵਾਉਂਦੇ ਸਨ, ਤਾਂ ਉਹਨਾਂ ਨੇ ਜ਼ਮੀਨ ਪੈਦਾ ਕੀਤੀ ਹੈ। ਫਿਰ ਉਸ ਤੋਂ ਬਾਅਦ ਜਦੋਂ ਸਾਡੇ ਪਾਪਾ ਹੋਰਾਂ ਦੀ ਵਾਰੀ ਆਈ, ਤਾਂ ਉਸ ਤੋਂ ਬਾਅਦ ਉਹ ਖੇਤ ਵਿੱਚ ਕੰਮ ਕਰਦੇ ਸਨ। ਪਰ ਜਦੋਂ ਸਾਡੀ ਵਾਰੀ ਆਏਗੀ ਤਾਂ ਅਸੀਂ ਕਿੱਥੇ ਜਾਵਾਂਗੇ, ਅਸੀਂ ਕਿੱਥੋਂ ਖਾਣਾ ਖਾਵਾਂਗੇ? ਪਰ ਜਿਹੜਾ ਮੋਦੀ ਖਾਣਾ ਖਾਂਦਾ ਉਹ ਵੀ ਤਾਂ ਕਿਸੇ ਕਿਸਾਨ ਦਾ ਹੀ ਹੈ ਨਾ। ਜੇਕਰ ਉਹ ਖਾਣਾ ਨਾ ਖਾਵੇ, ਫਿਰ ਜੇ ਉਹਨੂੰ ਸਾਨੂੰ ਹੱਕ ਦਾ ਹੀ ਨਹੀਂ ਪਤਾ, ਤਾਂ ਫਿਰ ਉਹ ਖਾਣਾ ਵੀ ਨਾ ਖਾਵੇ। ਸਾਡੇ ਜੰਮਣ ਤੋਂ ਬਾਅਦ ਅਤੇ ਮਰਨ ਤੋਂ ਪਹਿਲਾਂ ਜਿੰਨੀਆਂ ਵੀ ਸਾਰੀਆਂ ਲੋੜਾਂ ਨਾ, ਇੱਕ ਕਿਸਾਨ ਹੀ ਪੂਰੀਆਂ ਕਰ ਸਕਦਾ ਹੈ। ਕਿਸਾਨ ਨੂੰ ਇੱਕ ਅੰਨਦਾਤਾ ਕਿਹਾ ਜਾਂਦਾ ਹੈ। ਜਦੋਂ ਕਰੋਨਾ ਦੀ ਵਾਰੀ ਆਈ ਸੀ, ਉਦੋਂ ਕਹਿੰਦੇ ਸੀ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੋ। ਹੁਣ ਉੱਥੇ ਨਹੀਂ ਉਹਨਾਂ ਨੂੰ ਪਤਾ ਚੱਲਦਾ ਕਿ ਉੱਥੇ ਵੀ ਕਰੋਨਾ ਹੈਗਾ। ਹੁਣ ਕਿੱਥੇ ਗਿਆ ਕਰੋਨਾ? ਸਾਡੀਆਂ ਲੋੜਾਂ ਪੂਰੀਆਂ ਕਰਨ ਰਾਜਸਥਾਨ ਹਰਿਆਣਾ ਵੀ ਰਹਿ ਨਿੱਕਾ। ਅਜੇ ਤਾਂ ਕੱਲੇ ਬਾਬੇ ਆਏ ਸੀ, ਅਜੇ ਤਾਂ ਸਾਡੇ ਬਾਬੇ ਆਏ ਸੀ। ਸੈਂਟਰ ਤੱਕ ਪੈ ਗਈਆਂ ਚੀਕਾਂ, ਅਜੇ ਤਾਂ ਕੱਲੇ ਬਾਬੇ ਆਏ ਸੀ। ਸੈਂਟਰ ਤੱਕ ਪੈ ਗਈਆਂ ਚੀਕਾਂ, ਅਜੇ ਤਾਂ ਕੱਲੇ ਬਾਬੇ ਆਏ ਸੀ। 3600 ਜਾਂਦੇ ਫੋਡ ਸ਼ੂਕ ਦੇ ਬੱਚੇ ਕਾਰਾਂ ਥਾਰਾਂ, ਉਹ ਬੁੱਕ ਦੇ ਪੁੱਤ ਕਿਸਾਨਾਂ ਦੇ ਲਾ ਇਨਕਲਾਬ ਦਾ ਨਾਰਾ। ਸਾਨੂੰ ਹੇਰ ਫੇਰ ਘੱਟ ਆਉਂਦੇ ਆ ਨੀ ਰਹੀ ਬਚ ਕੇ, ਬਾਬੇ ਨਾ
ਨਾਨਕ ਨੇ ਸਾਨੂੰ ਸੀ ਕਿਸਾਨੀ ਬਖਸ਼ੀ ਬਾਜਾਂ ਵਾਲੇ ਨੇ ਕਲਮਾਂ ਤੇ ਖੰਡੇ ਦਿੱਲੀਏ ਰਹਿੰਦੀ ਦੁਨੀਆ ਦੇ ਤੱਕ ਰਹਿਣੇ ਚੂਲ ਦੇ ਨਕਸ਼ੇ ਤੇ ਕੇਸਰੇ ਖੰਡੇ ਦਿੱਲੀਏ ਯਾਦ ਰੱਖੀ ਜਿੱਤ ਕੇ ਤੂੰ ਛੱਡੀ ਹੋਈ ਐ ਛੱਡ ਕੇ ਸੀ ਸੇਜ ਬਣੇ ਕੰਡੇ ਦਿੱਲੀਏ ਬਰਾੜਾ ਐਸੀ ਗੱਲ ਮਤ ਲਾਣ ਤਾਂ ਡੁੱਬ ਜੀ ਕਿਸਾਨੀ ਦੇ ਨਾ ਕੰਮ ਆਈ ਜੇ ਤੇਰੇ ਵਾਂਗੂ ਬਗਦਾਦੀ ਵੀ ਸੀ ਰੱਖਦਾ ਮਾਰਚ ਚੱਲ ਰਿਹਾ ਇਹਦੇ ਬਾਰੇ ਜਾਣਕਾਰੀ ਦਿਓ ਹਾਂਜੀ ਹਾਂਜੀ ਕਿਸਾਨ ਮਾਰਤਾ ਤਿੰਨ ਕਾਲੇ ਕੂਨਾਂ ਬਾਰੇ ਅੱਜ 26 ਜਨਵਰੀ ਆ ਕਿਸਾਨ ਮਾਰਚ ਫਾਇਰ ਕਰਕੇ ਕਿਸਾਨ ਆਦਿ ਪਰੇਡ ਕਰਨਗੇ ਅੱਜ ਜੀ ਉਹਦੇ ਸੰਬੰਧ ਵਿੱਚ ਆ ਕਿੰਨੇ ਟਰੈਕਟਰ ਟਰਾਲੀਆਂ ਤੁਹਾਨੂੰ ਲੱਗਦਾ ਕਿੰਨੇ ਟਰੈਕਟਰ ਹੋਣਗੇ ਜਿਹੜੇ ਲਗਭਗ 2000 ਕੋ ਟਰੈਕਟਰ ਟਰਾਲੀ ਆ ਜੀ ਹਾਂਜੀ ਜੀਪਾਂ ਵੀ ਆ ਕਾਰਾਂ ਵੀ ਵਿੱਚ ਸਕੂਟਰ ਮੋਟਰਸਾਈਕਲ ਵੀ ਆ ਬਹੁਤ ਵਧੀਆ ਚੱਲ ਰਿਹਾ ਮਾਰਚ ਕੱਢ ਰਿਹਾ ਕਿਸਾਨ ਤਿਰੰਗਾ ਝੰਡਾ ਲਾ ਕੇ ਟਰੈਕਟਰਾਂ ਦੇ ਆਪਦੇ ਤੇ ਮਾਰਚ ਕੱਢ ਰਿਹਾ ਅੱਜ ਜਿਹੜਾ ਮਾਰਚ ਅੱਜ ਕੱਢਿਆ ਜਾ ਰਿਹਾ ਕਹਿੰਦਾ ਰੂਟ ਕੀ ਬਣਾਇਆ ਗਿਆ ਕਿੱਥੋਂ ਜਾ ਕੇ ਕਿੱਥੇ ਨਿਕਲੇਗਾ ਇਹ ਮਾਰਚ ਇਹਦਾ ਰੂਟ ਇੱਥੋਂ ਗਊਸ਼ਾਲਾ ਰੋਡ ਸ਼ਾਸਤਰੀ ਚੌਂਕ ਡਾਕਟਰ ਨਦੀਪ ਹੋਸਪਿਟਲ ਰਾਜਾ ਸਿਨੇਮਾ ਰੋਡ ਆ ਕੇ ਹੁੰਦਾ ਹੋਇਆ ਵਾਪਸ ਬੀਕਾਨੇਰ ਰੋਡ ਤੋਂ ਇੱਥੇ ਆ ਕੇ ਸਮਾਪਤ ਹੋਊਗਾ ਡੀਸੀ ਆਫਿਸ ਦੇ ਸਾਹਮਣੇ ਆ ਕੇ ਤੁਸੀਂ ਰਤਨ ਨਾ ਸ਼ਾਹੀ ਦੇ ਤੇਰੇ ਵਾਂਗੂ ਬਗਦਾਦੀ ਵੀ ਸੀ ਰੱਖਦਾ ਉਹ ਸ਼ੌਕ ਸ਼ੇ ਰਤਨ ਨਾ ਸ਼ਾਹੀ ਦੇ ਬਾਬੇ ਨਾ ਦਿੱਕਤੀ ਸੋਚ ਤੇ ਪਹਿਰਾ ਜੰਗ ਜਿੱਤ ਕਹਿੰਦੇ ਹੱਥੇ ਜਾਵਾਂਗੇ ਇਹ ਜੰਗ ਜਿੱਤ ਕਹਿੰਦੇ ਹੱਥੇ ਜਾਵਾਂਗੇ ਭਾਵੇਂ ਪਹਿਲਾਂ ਬਾੜੇ ਜਿੱਤੇ ਹਥਿਆਰਾਂ ਨਾਲ ਆ ਵਾਲਿਆ ਰੱਖੀ ਤੂੰ ਹੱਥ ਸਿਰ ਤੇ ਤੋਰੇ ਕੱਲਿਆਂ ਤੇ ਮੱਥੇ ਸਰਕਾਰਾਂ ਨਾਲ ਆ ਵਾਲਿਆ ਰੱਖੀ ਤੂੰ ਹੱਥ ਮੇਰਾ ਨਾਮ ਸੰਪੂਰਨ ਸਿੰਘ ਹੈ ਡਕੌਦਾ ਦਾ ਮੈਂਬਰ ਹਾਂ ਜੀ ਪਿੰਡ ਮੇਰਾ ਬੈਕ ਖਾਸ ਹੈ ਇਹ ਅੱਜ ਕਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਜਾ ਰਿਹਾ ਸਰ ਇਹ ਜਿਹੜਾ ਕਿ 26 ਜਨਵਰੀ ਦਾ ਦਿੱਲੀ ਵਿੱਚ ਰੋਸ ਮਾਰਚ ਟਰੈਕਟਰ ਮਾਰਚ ਕੀਤਾ ਜਾ ਰਿਹਾ ਉਹਨਾਂ ਸਾਨੂੰ ਹੁਕਮ ਕੀਤਾ ਕਿ ਆਪਾਂ ਜ਼ਿਲ੍ਹੇ ਪੱਧਰ 'ਤੇ ਟਰੈਕਟਰ ਮਾਰਚ ਕੀਤਾ ਜਾਵੇ ਉਹ ਅਸੀਂ ਉਹਨਾਂ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਅੱਜ ਅਸੀਂ ਜਿਹੜਾ ਰੋਸ ਮਾਰਚ ਟਰੈਕਟਰ ਮਾਰਚ ਕਰ ਰਹੇ ਹਾਂ ਇਹ ਰੈਲੀ ਕਿੱਥੋਂ ਸ਼ੁਰੂ ਹੋ ਗਈ ਕਿੱਥੇ ਖਤਮ ਹੋ ਗਈ ਇਹ ਰੈਲੀ ਟੋਲ ਪਲਾਜ਼ਾ ਥੇ ਕਲੱਦਰ ਤੋਂ ਚੱਲੀ ਹੈ ਜੀ ਕਈ ਵੱਖ ਵੱਖ ਪਿੰਡਾਂ ਤੋਂ ਅਸੀਂ ਮੰਡੀ ਅਨਾਜ ਮੰਡੀ ਫਾਜ਼ਿਲਕਾ 'ਚ ਇਕੱਠੇ ਹੋ ਕੇ ਉੱਥੋਂ ਚੱਲੇ ਲਾਲ ਬੱਤੀ ਚੌਂਕ ਹੁੰਦੇ ਹੋਏ ਘੰਟਾਘਰ ਚੌਂਕ ਲਾਸਟ DC ਦਫ਼ਤਰ ਦੇ ਸਾਹਮਣੇ ਖਤਮ ਕਰਾਂਗੇ ਤੁਹਾਡਾ ਕੀ ਮੰਨਿਆ ਕਿੰਨੇ ਟਰੈਕਟਰਾਂ ਨੇ ਹਿੱਸਾ ਲਿੱਤਾ ਲਗਭਗ ਟਰੈਕਟਰ 1500 ਤੋਂ ਉੱਪਰ ਹੈ 100-200 ਗੱਡੀ ਹੈ 1000-1200 ਮੋਟਰਸਾਈਕਲ ਹੈ ਜੀ ਇਹਦੇ ਨਾਲ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਮ ਪਬਲਿਕ ਨੂੰ ਮੈਸੇਜ ਆਮ ਪਬਲਿਕ ਤਾਂ ਬਹੁਤ ਸਿਆਣੀ ਹੈ ਮੀਡੀਆ ਰਾਹੀਂ ਜੁੜੀ ਹੈ ਵੇਖ ਰਹੀ ਹੈ ਵੀ ਅੱਜ ਲੋਕ ਕੋਈ ਵੀ ਘਰਾਂ ਵਿੱਚ ਨਹੀਂ ਜਿਹੜੇ ਕਿ ਸੜਕਾਂ 'ਤੇ ਜਿਹੜੇ ਦਿੱਲੀ ਨਹੀਂ ਪਹੁੰਚ ਸਕੇ ਉਹ ਅੱਜ ਇੱਥੇ ਜ਼ਿਲ੍ਹੇ ਪੱਧਰ 'ਤੇ ਜਿਹੜਾ ਰੋਸ ਮਾਰਚ ਟਰੈਕਟਰ ਮਾਰਚ ਕਰ ਰਹੇ ਉਹਨਾਂ ਵਿੱਚ ਸ਼ਮੂਲੀਅਤ ਕੀਤੀ ਹੈ ਕਿੱਥੇ ਕੰਗਣਾ ਤੇ ਕਿੱਥੇ ਕੜੇ ਬੱਲੀਆ
अजे पुत पुत आके बिठाए हुए ने सब राजा पिछे बैरीगेट पाए हुए ने जट नी पंजाबो एह आए हुए ने बिक गया भावे इंडिया दा मीडिया बीबीसी दे उत्ते झोटे छाए हुए ने किसान का खैरात नहीं ले लेंगे हक ते मजाक नहीं बटुआ न घर गे राखी से दिल्ली कर दो हिसाब बाकी बात नहीं वाहेगुरु जी का खालसा वाहेगुरु जी की फतेह। मैं अज की जी ट्रैक्टर मार्च है जी वो मुताबक करदा बेनती भी जी 26 की परेड है वो साड़ी उत्थे दिल्ली में चल रही है और साडे किसान मजदूर दुकानदार बजुर्ग बच्ची बच्चे और नौजवान वीर उत्थे भी धौं ते गोडा रखी बैठे है। इत्थे असीं फाजिलका आपदा जिहड़ा प्रोटेस्ट कर रहे हैं शात भाई क्योंकि सानू पूरा यकीन हो गया फाजिलका दी संगत ते दुकानदारां ते नौजवानां ते और कोने कोने तो आई संगत ते और मैनू विश्वास जथेबंदियां नू विश्वास हो गया पूरे फाजिलका नू विश्वास हो गया कि हुण साडी दिल्ली जे भी जित है इत्थे भी जित है और जित के रहांगे जित ते कोई रोक नहीं ला सकता। इह अकाल पुरख वाहिगुरू दी जित है बाबे नानक दी जित है फाजिलका दी संगत दी और किसानां दी जित है और जिहड़े जिहड़े रामां तों इह ट्रैक्टर मोटरसाइकिल संगत चल के आई है मैं उन्हां रामां दा धन्नवाद करदा फाजिलका दी संगत दा करदा और जिन्हां रामां तों चल के आए आ उन्हां रामां दी धूड़ मैं मत्थे नूं ला के अरदास करदा इन्हां नूं परमात्मा चढ़दी कला बख्शण बाल बुद्धि संघर्ष करन दा उद्यम ते उपराला बख्शण इन्हां नूं दुख दलिद्र ना लगे नारे ते जकारे लाउंदे जित के जावांगे जय जवान जय किसान जित लड़न वाले लोकां दी जय धरती माता। तुहानूं की लगदा किन्ने ट्रैक्टरां ने हिस्सा लिता अज इस रैली दे विच? अज जिहड़ा है मैनू ऐ लगता भी 3000 तो उपर उपर ट्रैक्टर है कोई 2000-2500 तो ज़्यादा मोटरसाइकिल है जी। लड़कियां ने भी लिया जी खुद ट्रैक्टर चला के हिस्सा लिया जी और फाजिलका दी तकरीबन सारी संगत ही नाल तुर पई जी। हुण तां सानूं पूरा विश्वास ही हो गया भी हुण जिहड़ा असीं बच्ची बच्चा झोक देंगे इन्हां नलायकां दी मंजी ठोक देंगे हुण असीं डरदे नहीं। डर सानूं उदों सी क्योंकि डरदे असीं पहलों भी नहीं सी क्योंकि जिहड़ा सारा वर्ग नाल लै के चले हाँ हुण सब नूं पता लग गया भी सेंटर दे विच जो कालियां करतूतां हो रही माड़े ते भैड़े कानून बनाए आ उह सब मारू जिहड़े आ सब वर्ग मारू आ किसे दा भले वाले नहीं गे नलायकां दा। जय जवान जय किसान जित लड़न वाले लोकां दी वाहिगुरु जी का खालसा वाहिगुरु जी की फतेह। कुछ ऐसे नुकसे भी जमाए हुए ने सब राजा पिछे बैरीकेड पाए हुए ने जट नी पंजाबो एह आए हुए ने लिख गया भावे इंडिया दा मीडिया बीबीसी दे उत्ते जट छाए हुए ने ओ जट नी ओ कल्ले नाल जाट गोरिये सेंटर च खड़ी कीती खाट गोरिये चल देखी उड़दियां फक्कियां इंकलाब दी हजिया शुरुआत गोरिये और टंगी आउंदे जट बिलो जेड़े भी खंगण 2% वालियां ने लाते लंगर और रौनकी सभा दे भावे टाइम माड़ा आ जट्टा कीता देख बीबा जंगल च मंगल साडी उमर जिन्ना भी मर्जी ला लियो पहला प्रशादा छ कोई यार ओ हजे डांग दे जवाब च लंगर दिने अजे किते डांग उत्ते आके सुके मामे नी जाने जिन्ना नु तू अत्तवादी कहंदे दिल्लीए जे अत्तवादी हो गए तैथों सांभ नी जाने राजस्थान हरियाणा वीरन।